ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਅੱਜ ਦੀ ਵੀਡੀਓ 'ਚ ਸਾਇੰਸ ਦੇ ਇੰਪੋਰਟੈਂਟ MCQ ਦਾ ਪਾਰਟ 5 ਆਪਾਂ ਡਿਸਕਸ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਸਾਇੰਸ ਦੇ 4 ਪਾਰਟ ਅਪਲੋਡ ਨੇ ਜੇਕਰ ਤੁਸੀਂ ਉਹ 4 ਪਾਰਟ ਨਹੀਂ ਦੇਖੇ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਉਸ ਦਾ ਲਿੰਕ ਮਿਲ ਜੇਗਾ ਉੱਥੋਂ ਜਾ ਕੇ ਤੁਸੀਂ ਸਾਇੰਸ ਦੇ ਇਹ 4 ਪਾਰਟ ਜ਼ਰੂਰ ਦੇਖਣਾ ਜੀ ਹਾਂਜੀ ਇਹ MCQ ਪੰਜਾਬ ਵਾਰਡ اٹੈਂਡੈਂਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਕਾਫੀ ਹੈਲਪਫੁਲ ਹੋਣਗੇ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ITT ਕੈਡਰ ਮਾਸਟਰ ਕੈਡਰ ਤੇ ਪੰਜਾਬ ਪਟਵਾਰੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਇਹ ਕੁਸ਼ਣ ਜਿਹੜੇ ਬਹੁਤ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਣਗੇ ਹਾਂਜੀ ਇਹਨਾਂ ਸਾਰੇ ਕੁਸ਼ਣਾਂ ਦੀ ਪੀਡੀਐਫ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜੇਗੀ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੇਗਾ ਹਾਂਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਹਾਂਜੀ ਸਟਾਰਟ ਕਰਦੇ ਹਾਂ ਜੀ ਸਾਡੇ ਅੱਜ ਦੇ ਫਰਸਟ ਕੁਸ਼ਣ ਤੋਂ ਤਲਾਬਾਂ ਤੇ ਖੂਹਾਂ ਵਿੱਚ ਕਿਸ ਨੂੰ ਛੱਡਣ ਕਾਰਨ ਮੱਛਰਾਂ ਤੇ ਕਾਬੂ ਪਾਉਣ ਵਿੱਚ ਮਦਦ ਮਿਲਦੀ ਹੈ ਹਾਂਜੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਇੱਕ ਹੈ ਜੀ ਕੈਂਕੜਾ ਸੈਕਿੰਡ ਆਪਸ਼ਨ ਦਿੱਤਾ ਹੈ ਡੌਗ ਫਿਸ਼ ਥਰਡ ਆਪਸ਼ਨ ਹੈਗਾ ਜੀ ਗੈਂਬੂਸੀਆ ਤੇ ਫੋਰਥ ਦਿੱਤਾ ਹੈ ਕੋਗਾ ਹਾਂਜੀ ਤਲਾਬਾਂ ਤੇ ਖੂਹਾਂ ਵਿੱਚ ਮੱਛਰਾਂ ਤੇ ਕਾਬੂ ਪਾਉਣ ਲਈ ਆਪਾਂ ਛੱਡਦੇ ਹਾਂ ਜੀ ਗੈਂਬੂਸੀਆ ਆਪਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਗੈਂਬੂਸੀਆ ਜਿਹੜਾ ਫਿਸ਼ ਦਿੱਤਰਾਈ ਵਿਖਾਈ ਦਿੰਦਾ ਹੈ ਜਿਹੜਾ ਕਿ ਮੱਛਰਾਂ ਤੇ ਕਾਬੂ ਪਾਉਣ ਲਈ ਤਲਾਬਾਂ ਤੇ ਖੂਹਾਂ ਵਿੱਚ ਛੱਡਿਆ ਜਾਂਦਾ ਹੈ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਹਾਂਜੀ ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਕੋਕਰੋਚ ਕਿਸ ਰਾਇਂ ਸਾ ਲੈਂਦੇ ਹਨ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਵਾਤਕ ਰਾਇਂ ਸੈਕਿੰਡ ਆਪਸ਼ਨ ਹੈਗਾ ਜੀ ਕਲੋਸ ਰਾਇਂ ਥਰਡ ਆਪਸ਼ਨ ਹੈਗਾ ਫੁੱਸਫੁੱਸ ਰਾਇਂ ਤੇ 4ਥਾ ਹੈਗਾ ਚਮੜੀ ਰਾਈ ਹਾਂਜੀ ਜਿਹੜੇ ਕੋਕਰੋਜ ਹੈਗੇ ਨੇ ਉਹ ਸਾਂ ਲੈਂਦੇ ਨੇ ਵਾਤਕ ਨਲੀਆਂ ਰਾਹੀਂ অপਸ਼ਨ ਨੰਬਰ 1 ਹੈ ਜਿਹੜਾ ਇਸ ਕੁਐਸ਼ਨ ਦਾ ਆਪਣਾ ਕਰੈਕਟ ਹੋ ਜਾਵੇਗਾ ਕੋਕਰੋਜ ਤੇ ਬਾਕੀ ਸਾਰੇ ਜਿੰਨੇ ਵੀ ਕੀਟ ਹੈਗੇ ਨੇ ਸਾਰੇ ਦੇ ਸਾਰੇ ਵਾਤਕ ਨਲੀਆਂ ਨਾਲ ਸਾਂ ਲੈਂਦੇ ਹਨ ਇਸ ਤੋਂ ਇਲਾਵਾ ਚਮੜੀ ਦੀ ਗੱਲ ਕਰੀ ਤਾਂ ਕੈਂਚੂਆ ਜਿਹੜਾ ਹੁੰਦਾ ਉਹ ਚਮੜੀ ਤੋਂ ਸਾਂ ਲੈਂਦਾ ਹੈ ਹਾਂਜੀ ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸਚਨ ਹੈਗਾ ਆਲੂ ਵਿੱਚ ਬਲੈਕ ਹਾਰਟ ਰੋਗ ਕਿਸ ਕਾਰਨ ਹੁੰਦਾ ਹੈ ਆਲੂ ਵਿੱਚ ਬਲੈਕ ਹਾਰਟ ਰੋਗ ਕਿਸ ਕਾਰਨ ਹੁੰਦਾ ਹੈ ਕਈ ਵਾਰੀ ਆਪਾਂ ਵੇਖਦੇ ਹਾਂ ਜਦੋਂ ਆਪਾਂ ਆਲੂ ਨੂੰ ਕੱਟਦੇ ਹਾਂ ਤਾਂ ਵਿਚਾਲੋਂ ਜਿਹੜਾ ਕੀ ਹੈ ਬਲੈਕ ਬਲੈਕ ਜਿਹਾ ਹੋਇਆ ਹੁੰਦਾ ਹੈ ਤਾਂ ਉਹ ਕਿਸ ਦੇ ਕਾਰਨ ਹੁੰਦਾ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਜੀ ਤਾਂਬੇ ਦੀ ਕਮੀ ਕਾਰਨ ਸੈਕਿੰਡ ਆਪਸ਼ਨ ਹੈਗਾ ਪੋਟਾਸ਼ੀਅਮ ਦੀ ਕਮੀ ਕਾਰਨ ਥਰਡ ਆਪਸ਼ਨ ਦਿੱਤਾ ਹੈ ਜੀ ਆਕਸੀਜਨ ਦੀ ਕਮੀ ਕਾਰਨ ਤੇ 4 ਹੈ ਕਾਰਬਨ ਡਾਈਆਕਸਾਈਡ ਦੀ ਕਮੀਕਾਰ ਹਾਂਜੀ ਆਲੂ ਵਿੱਚ ਜਿਹੜਾ ਬਲੈਕ ਹਾਰਟ ਰੋਗ ਹੁੰਦਾ ਉਹ ਹੁੰਦਾ ਜੀ ਆਕਸੀਜਨ ਦੀ ਕਮੀਕਾਰ ਇਸ ਕੁਐਸਚਨ ਦਾ অপਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਆਕਸੀਜਨ ਦੀ ਕਮੀਕਾਰ ਆਲੂ ਵਿੱਚ ਜਿਹੜਾ ਬਲੈਕ ਹਾਰਟ ਰੋਗ ਹੋ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਡਨ ਨੈਕਸਟ ਕੁਐਸਚਨ ਆਉਂਦਾ ਜੀ ਹੇਟ ਲਿਖਿਆਂ ਵਿੱਚੋਂ ਕਿਹੜਾ ਕੀਟ ਨਹੀਂ ਹੈ ਹਾਂਜੀ ਆਪਾਂ ਦੱਸਣਾ ਹੈ ਕਿ ਇਹਨਾਂ ਚਾਰਾਂ ਵਿੱਚੋਂ ਕਿਹੜਾ ਇੱਕ ਕੀਟ ਨਹੀਂ ਹੈ ਫਰਸਟ ਆਪਸ਼ਨ ਹੈਗਾ तितਲੀ ਸੈਕਿੰਡ ਆਪਸ਼ਨ ਦਿੱਤਾ ਜੀ ਤਿਲਚਟਾ ਥਰਡ ਆਪਸ਼ਨ ਹੈਗਾ ਮੱਛਰ ਤੇ ਫੋਰਥ ਹੈਗਾ ਮੱਕੜੀ ਹਾਂਜੀ ਇਹਨਾਂ ਵਿੱਚੋਂ ਜਿਹੜਾ ਮੱਕੜੀ ਹੈਗਾ ਆਪਸ਼ਨ ਨੰਬਰ ਡੀ ਉਹ ਕੀਟ ਨਹੀਂ ਹੈਗਾ ਬਾਕੀ तितਲੀ ਤਿਲਚਟਾ ਤੇ ਮੱਛਰ ਇਹ ਤਿੰਨੋਂ ਕੀਟ ਹੈਗੇ ਨਹੀਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਹਾਂਜੀ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਜ਼ਿਆਦਾ ਸ਼ਕਤੀ ਪ੍ਰਦਾਨ ਕਰਦਾ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਹੈ ਕਾਫੀ ਵਾਰ ਐਗਜ਼ਾਮ ਵਿੱਚ ਪੁੱਛਿਆ ਗਿਆ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਦਿੱਤਾ ਹੈ ਕਾਰਬੋਹਾਈਡਰੇਟ ਸੈਕਿੰਡ ਆਪਸ਼ਨ ਦਿੱਤਾ ਹੋਇਆ ਜੀ ਪ੍ਰੋਟੀਨ ਥਰਡ ਆਪਸ਼ਨ ਹੈਗਾ ਚਰਬੀ ਤੇ ਫੋਰਥ ਹੈਗਾ ਵਿਟਾਮਿਨ ਹਾਂਜੀ ਚਾਰਾਂ ਵਿੱਚੋਂ ਆਪਾਂ ਦੱਸਣਾ ਹੈ ਕਿ ਕਿਹੜਾ ਸਭ ਤੋਂ ਜ਼ਿਆਦਾ ਸਾਡੇ ਸਰੀਰ ਨੂੰ ਜਿਹੜਾ ਸ਼ਕਤੀ ਪ੍ਰਦਾਨ ਕਰਦਾ ਹੈ ਤਾਂ ਉਹ ਕਰਦਾ ਜੀ ਕਾਰਬੋਹਾਈਡਰੇਟ অপশন নাম্বার 1 ਹੈ ਜਿਹੜਾ ਇਸ ਕੁਐਸਚਨ ਦਾ ਆਪਣਾ கரੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ ਸਾਡਾ ਨੈਕਸਟ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ। HIV ਕੀ ਹੈ? ਹਾਂਜੀ HIV ਕੀ ਆਪਾਂ ਦੱਸਣਾ ਹੈ? ਚਾਰ অপਸ਼ਨ ਨੇ। ਫਸਟ ਹੈਗਾ ਜੀ ਰੋਗਾਂ ਦਾ ਮਿਸ਼ਰਣ, ਸੈਕੰਡ অপਸ਼ਨ ਹੈਗਾ ਦਵਾਈ, ਥਰਡ অপਸ਼ਨ ਦਿੱਤਾ ਹੈ ਜੀ ਵਿਸ਼ਾਣੂ ਰੋਗ ਤੇ ਫੋਰਥ ਹੈਗਾ ਜੀਵਾਣੂ ਰੋਗ। ਹਾਂਜੀ HIV ਜਿਹੜਾ ਕੀ ਹੈਗਾ ਇੱਕ ਵਿਸ਼ਾਣੂ ਰੋਗ ਹੈਗਾ অপশন ਨੰਬਰ ਸੀ ਹੈ ਜਿਹੜਾ ਇਸ ਕੁਸ਼ਣ ਦਾ ਆਪਣਾ கரੈਕਟ ਹੋ ਜਾਵੇਗਾ ਆਪਾਂ ਨੂੰ ਐਚ ਆਈ ਵੀ ਦੀ ਫੁੱਲ ਫਾਰਮ ਵੀ ਪਤਾ ਹੋਣਾ ਚਾਹੀਦਾ ਹੈ ਹਿਊਮਨ ਅਮੀਨੋ ਡੈਫੀਸ਼ੈਂਸੀ ਵਾਇਰਸ ਫਿਰ ਤੋਂ ਰਿਪੀਟ ਕਰ ਦਨੇ ਆ ਜੀ ਹਿਊਮਨ ਅਮੀਨੋ ਡੈਫੀਸ਼ੈਂਸੀ ਵਾਇਰਸ ਜਿਹੜਾ ਕੀ ਅੱਗੇ ਜਾ ਕੇ ਏਡਸ ਦਾ ਕਾਰਨ ਬਣਦਾ ਹੈ ਨੈਕਸਟ ਕੁਸ਼ਣ ਵੱਲ ਚੱਲਦੇ ਆ ਜੀ ਨੈਕਸਟ ਕੁਸ਼ਣ ਹੈਗਾ ਡੇਂਗੂ ਇੱਕ ਬੁਖਾਰ ਹੈ ਜੋ ਉਤਪਨ ਹੁੰਦਾ ਹੈ ਤੇ ਦੂਜੇ ਸਰੀਰ ਵਿੱਚ ਪਹੁੰਚਦਾ ਹੈ ਹਾਂਜੀ ਆਪਾਂ ਦੱਸਣਾ ਹੈ ਕਿ ਜਿਹੜੀ ਡੈਂਗੂ ਬੁਖਾਰਾ ਹੈ ਉਹ ਉਤਪਨ ਹੋ ਕੇ ਦੂਜੇ ਸਰੀਰ ਵਿੱਚ ਕਿਸ ਤਰ੍ਹਾਂ ਜਿਹੜਾ ਪਹੁੰਚਦਾ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਵਾਇਰਸ ਅਤੇ ਮਾਦਾ ਐਂਡੀਜ਼ ਮੱਛਰ ਨਾਲ ਸੈਕਿੰਡ ਆਪਸ਼ਨ ਦਿੱਤਾ ਹੈ ਜੀ ਬੈਕਟੀਰੀਆ ਤੇ ਮੱਛਰ ਨਾਲ ਥਰਡ ਆਪਸ਼ਨ ਹੈਗਾ ਪ੍ਰੋਟੋਜ਼ੋਆ ਤੇ ਮਾਦਾ ਐਂਡੀਜ਼ ਮੱਛਰ ਨਾਲ ਫੋਰਥ ਹੈਗਾ ਜੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਜਿਹੜਾ ਡੈਂਗੂ ਇੱਕ ਬੁਖਾਰ ਹੈ ਉਹ ਕਿਸ ਦੇ ਕਾਰਨ ਜਿਹੜਾ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਪਹੁੰਚਦਾ ਹੈ ਹਾਂਜੀ ਇਹ ਪਹੁੰਚਦਾ ਜੀ ਵਾਇਰਸ ਅਤੇ ਮਾਦਾ ਐਂਡੀਜ਼ ਮੱਛਰ ਨਾਲ অপਸ਼ਨ ਨੰਬਰ 1st ਹੈ ਜਿਹੜਾ ਇਸ ਕੁਸ਼ਨ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਨੈਕਸਟ ਕੁਸ਼ਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਸ਼ਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਤੇ ਬਹੁਤ ਜ਼ਿਆਦਾ ਈਜ਼ੀ ਵੀ ਹੈਗਾ ਮੱਛਲੀ ਕਿਸ ਦੀ ਮਦਦ ਨਾਲ ਸਾਹ ਲੈਂਦੀ ਹੈ ਹਾਂਜੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਜੀ ਨੱਕ ਰਾਈ ਸੈਕਿੰਡ ਆਪਸ਼ਨ ਹੈਗਾ ਚਮੜੀ ਰਾਈ ਥਰਡ ਆਪਸ਼ਨ ਦਿੱਤਾ ਹੈ ਫੇਫੜਿਆਂ ਰਾਈ ਤੇ ਫੋਰਥ ਹੈਗਾ ਜੀ ਗਲਫੜਿਆਂ ਰਾਈ ਹਾਂਜੀ ਜਿਹੜੀ ਮੱਛੀ ਹੁੰਦੀ ਹੈ ਉਹ ਸਾ ਕਿਸ ਦੇ ਰਾਈ ਲੈਂਦੀ ਹੈ ਗਲਫੜਿਆਂ ਰਾਈ ਆਪਸ਼ਨ ਨੰਬਰ ਡੀ ਹੈ ਜਿਹੜਾ ਇਸ ਕੁਸ਼ਣ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਫਰੈਂਡਸ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਲਾਈਕ ਵੀ ਜਰੂਰ ਕਰਿਓ ਜੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਐਸ਼ਨ ਹੈਗਾ ਧਰਤੀ ਹੇਟਲਾ ਪਾਣੀ ਕਿਸ ਕਾਰਨ ਪ੍ਰਦੂਸ਼ਿਤ ਹੁੰਦਾ ਹੈ ਹਾਂਜੀ ਇਹ ਕੁਐਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਸਾਡੇ ਕੋਲ ਨੇ ਫਸ ਦਿੱਤਾ ਹੈ ਬੈਕਟੀਰੀਆ ਰਹੀਂ ਸੈਕਿੰਡ ਹੈਗਾ ਜੀ ਮੱਛੀ ਰਹੀਂ ਥਰਡ ਆਪਸ਼ਨ ਹੈਗਾ ਆਰਸੈਨਿਕ ਪਦਾਰਥਾਂ ਰਹੀਂ ਤੇ ਫੋਰਥ ਹੈਗਾ ਜੀਵਾਣੂ ਰਾਈ ਹਾਂਜੀ ਜਿਹੜਾ ਧਰਤੀ ਹੇਟਲਾ ਪਾਣੀ ਹੈਗਾ ਉਹ ਕਿਸ ਦੇ ਕਾਰਨ ਪ੍ਰਦੂਸ਼ਿਤ ਹੁੰਦਾ ਤਾਂ ਉਹ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੁੰਦਾ ਜੀ ਆਰਸੈਨਿਕ ਰਹੀਂ ਆਪਸ਼ਨ ਨੰਬਰ ਸੀ ਹੈ ਜਿਹੜਾ ਇਸ ਕੁਸ਼ਨ ਦਾ ਆਪਣਾ ਕਰੈਕਟ ਹੋ ਜਾਵੇਗਾ ਹਾਂਜੀ ਆਰਸੈਨਿਕ ਦਾ ਜਿਹੜਾ ਸਿੰਬਲ ਹੁੰਦਾ ਹੈ ਵੱਡਾ A ਤੇ ਛੋਟਾ S ਤੇ ਇਸ ਦਾ ਜਿਹੜਾ ਪਰਮਾਣੂ ਸੰਖਿਆ ਹੁੰਦੀ ਹੈ ਉਹ ਹੁੰਦੀ ਹੈ ਜੀ 33 ਹਾਂਜੀ ਆਰਸੈਨਿਕ ਵਿੱਚ ਕੀ ਹੈ ਧਾਤੂ ਦੇ ਗੁਣ ਜਿਆਦਾ ਹੁੰਦੇ ਨੇ ਤੇ ਧਾਤੂ ਦੇ ਗੁਣ ਜਿਹੜੇ ਘੱਟ ਹੁੰਦੇ ਨੇ ਇਸ ਕਾਰਨ ਹੀ ਜਿਹੜਾ ਇਹ ਸਭ ਤੋਂ ਜ਼ਿਆਦਾ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ ਨੈਕਸਟ ਕੁਸ਼ਨ ਵੱਲ ਚੱਲਦੇ ਹਾਂ ਜੀ ਹਾਂਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਹਵਾ ਨੂੰ ਜ਼ਿਆਦਾ ਪ੍ਰਦੂਸ਼ਿਤ ਕਰਦਾ ਹੈ ਹਾਂਜੀ ਹੁਣ ਆਪਾਂ ਦੱਸਣਾ ਹੈ ਕਿ ਹਵਾ ਨੂੰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਇਹਨਾਂ ਵਿੱਚੋਂ ਕਿਹੜਾ ਕਰਦਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਦਿੱਤਾ ਹੈ ਜੀ ਕਾਰਬਨ ਡਾਈਆਕਸਾਈਡ ਸੈਕੰਡ ਆਪਸ਼ਨ ਹੈਗਾ ਧੂਆਂ ਥਰਡ ਆਪਸ਼ਨ ਦਿੱਤਾ ਹੈ ਸਲਫਰ ਡਾਈਆਕਸਾਈਡ ਤੇ ਫੋਰਥ ਹੈਗਾ ਜੀ ਕਾਰਬਨ ਮੋਨੋਆਕਸਾਈਡ ਹਾਂਜੀ ਆਪਾਂ ਦੱਸਣਾ ਹੈ ਕੀ ਹੇੜ ਦਿੱਤੀਆਂ ਵਿੱਚੋਂ ਕਿਹੜਾ ਜਿਹੜਾ ਹਵਾ ਨੂੰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਕਰਦਾ ਹੈ ਤਾਂ ਹਵਾ ਨੂੰ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਕਰਦਾ ਜੀ ਕਾਰਬਨ ਡਾਈਆਕਸਾਈਡ অপਸ਼ਨ ਨੰਬਰ 1 ਹੈ ਜਿਹੜਾ ਇਸ ਕੁਸ਼ਨ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਸ਼ਨ ਵੱਲ ਚੱਲਦੇ ਹਾਂ ਹਾਂਜੀ ਸਾਡਾ ਨੈਕਸਟ ਕੁਸ਼ਨ ਦਿੱਤਾ ਹੋਇਆ ਹੈ ਕੋਸ਼ਿਕਾ ਦੀ ਆਤਮ ਹੱਤਿਆ ਦੀ ਥੈਲੀ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਇਹ ਕੁਸ਼ਨ ਵੀ ਬਹੁਤ ਵਾਰ ਰਿਪੀਟ ਹੋ ਚੁੱਕਿਆ ਹੈ ਕោਸ਼ਿਕਾ ਦੀ ਆਤਮ ਹੱਤਿਆ ਦੀ ਥੈਲੀ ਕਿਸ ਨੂੰ ਕਿਹਾ ਜਾਂਦਾ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਰਸਟ ਹੈਗਾ ਜੀ ਲਾਈਸੋਸੋਮ ਸੈਕਿੰਡ ਆਪਸ਼ਨ ਹੈਗਾ ਰਾਈਬੋਸੋਮ ਥਰਡ ਆਪਸ਼ਨ ਹੈਗਾ ਨਿਊਕਲੀਓਸੋਮ ਤੇ ਫੋਰਥ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਕោਸ਼ਿਕਾ ਦੀ ਆਤਮ ਹੱਤਿਆ ਦੀ ਥੈਲੀ ਕਿਸ ਨੂੰ ਕਿਹਾ ਜਾਂਦਾ ਜੀ ਲਾਈਸੋਸੋਮ ਨੂੰ ਤਾਂ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਹੈਗਾ ਜੀ ਪੌਦਿਆਂ ਵਿੱਚ ਵਾਸ਼ਪਿਕਰਣ ਦੀ ਕਿਰਿਆ ਕਿਸ ਵਿੱਚ ਹੁੰਦੀ ਹੈ ਜੇ ਆਪਾਂ ਦੱਸਣਾ ਹੈ ਕਿ ਪੌਦਿਆਂ ਦੇ ਕਿਸ 파ਟ ਵਿੱਚ ਜਿਹੜੀ ਵਾਸ਼ਪਿਕਰਣ ਦੀ ਕਿਰਿਆ ਹੁੰਦੀ ਹੈ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਜੀ ਜੜ ਸੈਕਿੰਡ ਆਪਸ਼ਨ ਦਿੱਤਾ ਹੈ ਤਣਾ ਥਰਡ ਆਪਸ਼ਨ ਹੈਗਾ ਪੱਤੀਆਂ ਤੇ ਫੋਰਥ ਹੈਗਾ ਜੀ ਪੂਰਾ ਪੌਦਾ ਹਾਂ ਜੀ ਪੌਦੇ ਵਿੱਚ ਜਿਹੜੀ ਵਾਸ਼ਪਿਕਰਣ ਦੀ ਕਿਰਿਆ ਹੁੰਦੀ ਹੈ ਉਹ ਪੂਰੇ ਪੌਦੇ ਵਿੱਚ ਹੁੰਦੀ ਹੈ ਇਸ ਕੁਐਸਚਨ ਦਾ ਆਪਸ਼ਨ ਡੀ ਹੈ ਜਿਹੜਾ ਆਪਣਾ ਉਹ ਕੋਰੈਕਟ ਹੋ ਜਾਵੇਗਾ ਹਾਂਜੀ ਵਾਸ਼ਪੀਕਰਨ ਦੀ ਜਿਹੜੀ ਕਿਰਿਆ ਜੜ ਤਣੇ ਪੱਤਿਆਂ ਇਹਨਾਂ ਸਾਰਿਆਂ ਵਿੱਚ ਹੁੰਦੀ ਹੈ ਤਾਂ ਆਪਸ਼ਨ ਨੰਬਰ ਡੀ ਹੈ ਜਿਹੜਾ ਆਪਣਾ ਉਹ ਕੋਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਜੀ ਪੌਦਿਆਂ ਵਿੱਚ ਵਾਧਾ ਕਰਨ ਵਾਲਾ ਹਾਰਮੋਨ ਜਿਬਰਾਈਲਿਨ ਕਿਸ ਵਿੱਚੋਂ ਨਿਕਲਦਾ ਹੈ ਫਿਰ ਤੋਂ ਰਿਪੀਟ ਕਰ ਦਿੰਨੇ ਹਾਂ ਜੀ ਪੌਦਿਆਂ ਵਿੱਚੋਂ ਵਾਧਾ ਕਰਨ ਵਾਲਾ ਹਾਰਮੋਨ ਜਿਬਰਾਈਲਿਨ ਕਿਸ ਵਿੱਚੋਂ ਨਿਕਲਦਾ ਹੈ ਹਾਂਜੀ ਸਾਡੇ ਕੋਲ ਚਾਰ ਆਪਸ਼ਨ ਨੇ ਫਸਟ ਹੈਗਾ ਜੀ ਕਵਕ ਸੈਕੰਡ অপਸ਼ਨ ਹੈਗਾ ਜੀਵਾਣੂ ਥਰਡ অপਸ਼ਨ ਹੈਗਾ ਵਿਸ਼ਾਣੂ ਤੇ ਫੋਰਥ ਹੈਗਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਪੌਦਿਆਂ ਵਿੱਚ ਵਾਧਾ ਕਰਨ ਵਾਲਾ ਹਾਰਮੋਨ ਜਿਹੜਾ ਜਿਬਰਾਈਲਿਨ ਉਹ ਨਿਕਲਦਾ ਹੈ ਜੀ ਕਵਕ ਵਿੱਚੋਂ ਯਾਨੀ ਕਿ ਫੰਗਸ ਵਿੱਚੋਂ অপਸ਼ਨ ਫਸਟ ਹੈ ਜਿਹੜਾ ਇਸ ਕੁਸ਼ਣ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਨੈਕਸਟ ਕੁਸ਼ਣ ਹੈਗਾ ਜੀ ਮਨੁੱਖੀ ਸਰੀਰ ਦੇ ਕਿਹੜੇ ਅੰਗ ਵਿੱਚ ਲਸੀਕਾ ਕੋਸ਼ਿਕਾ ਬਣਦੀ ਹੈ ਹਾਂਜੀ ਇਹ ਕੁਸ਼ਣ ਵੀ ਵੇਰੀ ਵੇਰੀ ਇੰਪੋਰਟੈਂਟ ਹੈਗਾ ਜੀ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਲੀਵਰ ਸੈਕਿੰਡ ਦਿੱਤਾ ਜੀ ਲੰਬੀ ਹੱਡੀ ਆਪਸ਼ਨ ਥਰਡ ਹੈਗਾ ਮੂੰਹ ਤੇ ਫੋਰਥ ਹੈਗਾ ਜੀ ਕਿਡਨੀ ਹਾਂਜੀ ਸਰੀਰ ਦੇ ਕਿਹੜੇ ਅੰਗ ਵਿੱਚ ਲਾਲ ਰੂਕਾ ਕੋਸ਼ਿਕਾ ਜਿਹੜੀ ਬਣਦੀ ਹੈ ਤਾਂ ਉਹ ਬਣਦੀ ਹੈ ਜੀ ਲੰਬੀ ਹੱਡੀ ਵਿੱਚ ਆਪਸ਼ਨ ਨੰਬਰ ਬੀ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਵੀ ਵੇਰੀ ਵੇਰੀ ਇੰਪੋਰਟੈਂਟ ਹੈਗਾ ਜੀ ਜੇਨੈਟਿਕਸ ਹੇਠ ਲਿਖਿਆਂ ਵਿੱਚੋਂ ਕਿਸ ਦਾ ਅਧਿਐਨ ਹੈ ਹਾਂਜੀ ਕਿਸ ਦਾ ਅਧਿਐਨ ਜਿਹੜਾ ਜੇਨੈਟਿਕਸ ਹੈਗਾ ਆਪਾਂ ਦੱਸਣਾ ਹੈ ਚਾਰ ਆਪਸ਼ਨ ਨੇ ਆਪਣੇ ਕੋਲ ਫਰਸਟ ਹੈਗਾ ਮੈਂਡਲ ਦਾ ਨਿਯਮ ਸੈਕੰਡ ਆਪਸ਼ਨ ਦਿੱਤਾ ਜੀ ਜੀਵ ਵਿਕਾਸ ਥਰਡ ਆਪਸ਼ਨ ਹੈਗਾ ਡੀ ਐਨ ਏ ਦੀ ਸਰਚਨਾ ਤੇ ਫੋਰਥ ਹੈਗਾ ਵੰਸ਼ਵਾਦ ਅਤੇ ਪਿੰਤਾ ਹਾਂਜੀ ਜੇਨੈਟਿਕਸ ਦਾ ਦੇ ਹਨ ਆਪਾਂ ਕਿਸ ਵਿੱਚ ਕਰਦੇ ਹਾਂ ਜੀ ਵੰਸ਼ਵਾਦੀ ਤੇ ਪਿੰਤਾ ਦੇ ਅਧਿਐਨ ਨੂੰ ਜੈਨਟਿਕਸ ਕਿਹਾ ਜਾਂਦਾ ਹੈ অপਸ਼ਨ ਨੰਬਰ ਡੀ ਹੈ ਜਿਹੜਾ ਆਪਣਾ ਇਸ ਕੁਐਸਚਨ ਦਾ ਉਹ ਕਰੈਕਟ ਹੋ ਜਾਵੇਗਾ ਵੰਸ਼ਵਾਦੀ ਪਿੰਨਤਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਸਾਡਾ ਨੈਕਸਟ ਕੁਐਸਚਨ ਹੈਗਾ ਪ੍ਰਕਾਸ਼ ਸੈਂਸਲੇਸ਼ਨ ਕਿਰਿਆ ਵਿੱਚ ਸੂਰਜ ਦਾ ਕਿਹੜਾ ਰੰਗ ਸਭ ਤੋਂ ਜ਼ਿਆਦਾ ਉਪਯੋਗੀ ਹੁੰਦਾ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਸਾਡੇ ਕੋਲ ਚਾਰ অপਸ਼ਨ ਨੇ ਫਸਟ ਹੈ ਲਾਲ ਸੈਕਿੰਡ ਆਪਸ਼ਨ ਹੈਗਾ ਜੀ ਨੀਲਾ ਥਰਡ ਦਿੱਤਾ ਹੈ ਹਰਾ ਤੇ ਫੋਰਥ ਹੈਗਾ ਪੀਲਾ ਜੀ ਆਪਾਂ ਦੱਸਣਾ ਹੈ ਕਿ ਜਦੋਂ ਪ੍ਰਕਾਸ਼ ਸੈਂਸਲੇਸ਼ਨ ਕਿਰਿਆ ਹੁੰਦੀ ਹੈ ਉਸ ਵਿੱਚ ਸੂਰਜ ਦਾ ਕਿਹੜਾ ਰੰਗ ਜਿਹੜਾ ਸਭ ਤੋਂ ਜ਼ਿਆਦਾ ਉਪਯੋਗੀ ਹੁੰਦਾ ਹੈ ਤਾਂ ਉਹ ਹੁੰਦਾ ਜੀ ਲਾਲ ਰੰਗ ਆਪਸ਼ਨ ਨੰਬਰ 1 ਜਿਹੜਾ ਇਸ ਕੁਐਸਚਨ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਫਿਰ ਤੋਂ ਰਿਪੀਟ ਕਰ ਦੇਣਾ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਸਾਡਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਭੋਜਨ ਵਿੱਚ ਲੂਣ ਦਾ ਮੁੱਖ ਕੰਮ ਕੀ ਹੈ ਹਾਂਜੀ ਚਾਰ ਆਪਸ਼ਨ ਆ ਸਾਡੇ ਕੋਲ ਨੇ ਫਰਸਟ ਹੈਗਾ ਜੀ ਭੋਜਨ ਨੂੰ ਸਵਾਦਿਸ਼ਟ ਬਣਾਉਣਾ ਸੈਕੰਡ ਆਪਸ਼ਨ ਹੈਗਾ ਜੀ ਭੋਜਨ ਦੇ ਪਾਚਨ ਦੇ ਲਈ ਐਚਸੀਐਲ ਪੈਦਾ ਕਰਨਾ ਥਰਡ ਆਪਸ਼ਨ ਹੈਗਾ ਭੋਜਨ ਨੂੰ ਨਮਕੀਨ ਕਰਨਾ ਤੇ ਫੋਰਥ ਹੈਗਾ ਜੀ ਇਨ੍ਹਾਂ ਵਿੱਚੋਂ ਕੋਈ ਨਹੀਂ ਹਾਂਜੀ ਭੋਜਨ ਵਿੱਚ ਲੂਣ ਦਾ ਜਿਹੜਾ ਮੁੱਖ ਕੰਮ ਹੁੰਦਾ ਹੈ ਉਹ ਹੁੰਦਾ ਜੀ ਭੋਜਨ ਦੇ ਪਾਚਨ ਲਈ ਐਚਸੀਐਲ ਪੈਦਾ ਕਰਨਾ অপশন ਨੰਬਰ B ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਉਹ கரੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਸੈਕਸ ਹਾਰਮੋਨ ਵਿੱਚ ਜਿਹੜਾ ਕਿੱਥੋਂ ਪੈਦਾ ਹੁੰਦੇ ਨੇ ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਜੀ ਸੈਕਸ ਹਾਰਮੋਨ ਕਿੱਥੋਂ ਪੈਦਾ ਹੁੰਦੇ ਹਨ ਚਾਰ অপਸ਼ਨ ਸਾਡੇ ਕੋਲ ਨੇ ਫਸਟ ਹੈਗਾ ਜੀ ਪਿਟਿਊਟਰੀ ਗਲੈਂਡ ਦੁਆਰਾ ਸੈਕੰਡ অপਸ਼ਨ ਦਿੱਤਾ ਹੈ ਐਂਡਰੀਨਲ ਗਲੈਂਡ ਦੁਆਰਾ ਥਰਡ অপਸ਼ਨ ਹੈਗਾ ਜੀ ਥਾਇਰੋਇਡ ਗਲੈਂਡ ਦੁਆਰਾ ਤੇ ਫੋਰਥ ਹੈਗਾ ਜੀ ਪੈਰਾਥਾਇਰੋਇਡ ਗਲੈਂਡ ਦੁਆਰਾ ਜੀ ਆਪਾਂ ਦੱਸਣਾ ਹੈ ਕਿ ਸੈਕਸ ਹਾਰਮੋਨ ਕਿੱਥੋਂ ਪੈਦਾ ਹੁੰਦੇ ਨੇ ਤਾਂ ਇਹ ਪੈਦਾ ਹੁੰਦੇ ਨੇ ਜੀ ਐਂਡਰੀਨਲ ਗਲੈਂਡ ਦੁਆਰਾ ਇਸ ਕੁਐਸਚਨ ਦਾ অপਸ਼ਨ ਨੰਬਰ B ਹੈ ਜਿਹੜਾ ਆਪਣਾ ਉਹ ਉਹ ਕਰੈਕਟ ਹੋ ਜਾਵੇਗਾ ਹਾਂਜੀ ਨੈਕਸਟ ਕੁਐਸਚਨ ਵੱਲ ਚੱਲਦੇ ਆਂ ਸੜਨ ਨੈਕਸਟ ਕੁਐਸਚਨ ਹੈਗਾ ਮਨੁੱਖੀ ਚਮੜੀ ਦਾ ਰੰਗ ਕਿਸ ਤੋਂ ਬਣਦਾ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਰਿਪੀਟ ਹੋ ਚੁੱਕਾ ਹੈ ਵੈਰੀ ਵੈਰੀ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਸਾਡੇ ਕੋਲ ਨੇ ਫਰਸਟ ਹੈਗਾ ਹਿਮੋਗਲੋਬਿਨ ਤੋਂ ਸੈਕੰਡ ਆਪਸ਼ਨ ਹੈਗਾ ਜੀ ਇਨਸੂਲਿਨ ਤੋਂ ਥਰਡ ਆਪਸ਼ਨ ਹੈਗਾ ਖੂਨ ਤੋਂ ਤੇ ਫੋਰਥ ਹੈਗਾ ਮੇਲੇਨਿਨ ਤੋਂ ਹਾਂਜੀ ਮਨੁੱਖੀ ਚਮੜੀ ਦਾ ਰੰਗ ਜਿਹੜਾ ਕਿਸ ਤੋਂ ਬਣਦਾ ਜੀ ਉਹ ਬਣਦਾ ਜੀ ਮੇਲੇਨਿਨ ਤੋਂ ਇਸ ਕੁਐਸਚਨ ਦਾ ਆਪਸ਼ਨ ਡੀ ਹੈ ਜਿਹੜਾ ਆਪਣਾ ਉਹ ਕਰੈਕਟ ਹੋ ਜਾਵੇਗਾ ਮੇਲੇਨਿਨ ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਕਰਨ ਜਾ ਰਹੇ ਆ ਇਨਸੂਲਿਨ ਕੀ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਸਾਡੇ ਕੋਲ ਨੇ ਫਸਟ ਹੈਗਾ ਜੀ ਲੂਨ ਸੈਕਿੰਡ ਆਪਸ਼ਨ ਹੈਗਾ ਹਾਰਮੋਨ ਥਰਡ ਆਪਸ਼ਨ ਦਿੱਤਾ ਹੈ ਜੀ ਐਨਜ਼ਾਈਮ ਤੇ ਫੋਰਥ ਹੈਗਾ ਵਿਟਾਮਿਨ ਹਾਂਜੀ ਇਨਸੂਲਿਨ ਕੀ ਹੁੰਦਾ ਜੀ ਇਨਸੂਲਿਨ ਕੀ ਹੁੰਦੇ ਨੇ ਹਾਰਮੋਨ ਆਪਸ਼ਨ ਨੰਬਰ ਬੀ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਉਹ ਕਰੈਕਟ ਹੋ ਜਾਵੇਗਾ ਹਾਂਜੀ ਇਹਨਾਂ ਸੋ ਕੁਐਸਚਨਾਂ ਦਾ ਆਪਾਂ ਇੱਕ ਦੋ ਦਿਨਾਂ ਵਿੱਚ ਲਾਈਵ ਟੈਸਟ ਲਵਾਂਗੇ ਇਸ ਲਈ ਤੁਸੀਂ ਜਿਹੜੀ ਸਾਇੰਸ ਦੀ ਪੰਜ ਵੀਡੀਓ ਬਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਵੇਖੋ ਚੰਗੀ ਤਰ੍ਹਾਂ ਉਹਨਾਂ ਕਵਸਨਾਂ ਨੂੰ ਤੁਸੀਂ ਰੀਡ ਕਰੋ ਤਾਂ ਜੋ ਜਦੋਂ ਵੀ ਮੈਂ ਤੁਹਾਡਾ ਲਾਈਵ ਟੈਸਟ ਲਵਾਂ ਇਹਨਾਂ ਸਾਰੇ ਕਵਸਨਾਂ ਦਾ ਤਾਂ ਤੁਹਾਡੇ ਜਿਹੜੇ ਚੰਗੇ ਸਕੋਰ ਬਣ ਸਕਣ ਉਮੀਦ ਕਰਾਂਗਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਪਹਿਲੀ ਵਾਰ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਜਿਸ ਦੇ ਨਾਲ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ ਹਾਂਜੀ ਮਿਲਦੇ ਆਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ